ਕਿਹੜੀ ਮੂਵੀ ਦੇਖ ਕੇ ਆਏ ਹੋ? ਰਾਮ ਸੇਤੂ। ਸਰ ਮੂਵੀ ਦੇਖ ਕੇ ਆਏ ਹੋ ਰਾਮ ਸੇਤੂ, ਕਿਵੇਂ ਦੀ ਲੱਗੀ? ਬਹੁਤ ਵਧੀਆ ਮੂਵੀ ਸੀ, ਅਕਸ਼ੇ ਕੁਮਾਰ ਦੀ ਐਕਟਿੰਗ ਇਹਦੇ 'ਚ ਬਹੁਤ ਵਧੀਆ ਸੀ, ਉਹਨੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਇਸ ਮੂਵੀ ਨੂੰ 5 ਚੋਂ 5 ਨੰਬਰ ਦੇਣਾ ਚਾਹੁੰਦਾ। ਸਰ ਕੀ ਕਹੋਗੇ ਆਡੀਅੰਸ ਨੂੰ ਇਸ ਮੂਵੀ ਨੂੰ ਦੇਖਣ ਦੇ? ਮੈਂ ਚਾਹੁੰਦਾ ਵੀ ਸਾਰਿਆਂ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ, ਇਹ ਫਿਲਮ ਵੇਖ ਕੇ ਤੁਹਾਨੂੰ ਜ਼ਰੂਰ ਮਜ਼ਾ ਆਏਗਾ। ਐਕਸ਼ਨ ਤੇ ਸਟੰਟ ਸੀਨਸ ਤੇ ਉਹ ਸਭ ਇਫੈਕਟਸ ਵਗੈਰਾ ਸਾਰਾ ਕੁਝ ਬਹੁਤ ਵਧੀਆ ਸੀ, ਐਕਸਲੈਂਟ ਸੀ, 100% ਸੀ। ਅਕਸ਼ੇ ਕੁਮਾਰ ਲਈ ਵਨ ਵਰਡ ਕਹਿਣਾ ਹੋਵੇ ਮੂਵੀ ਦੇਖਣ ਤੋਂ ਬਾਅਦ ਕੀ ਕਹੋਗੇ? ਫੈਂਟੈਸਟਿਕ। 5 ਨੰਬਰ ਦਿਓ ਸਰ ਮੂਵੀ ਨੂੰ। 5 ਚੋਂ 5 ਜੀ, ਬਹੁਤ 5 ਚੋਂ 5 ਜੀ। ਸਰ ਕੀ ਕਹੋਗੇ 5 ਚੋਂ? ਬਹੁਤ ਵਧੀਆ ਸੀ, 5 ਚੋਂ 5 10 ਚੋਂ 10 5 ਚੋਂ 5। ਥਿੰਗੀ ਰਾਮ ਸੇਤੂ ਦੇਖ ਕਰ ਆ ਰਹੀ ਹੈ, ਮੁਝੇ ਬਹੁਤ ਹੀ ਜ਼ਿਆਦਾ ਮਜ਼ਾ ਆਇਆ। ਆਈ ਜਸਟ ਕੇਮ ਆਊਟ ਆਫ ਦਾ ਥੀਏਟਰ। ਬਹੁਤ ਹੀ ਜ਼ਿਆਦਾ ਅੱਛੀ ਮੂਵੀ ਹੈ, ਦਾ ਕਨਸੈਪਟ ਇਜ਼ ਵੈਰੀ ਗੁੱਡ ਐਂਡ ਬਹੁਤ ਮਜ਼ਾ ਆਇਆ ਦੇਖਣੇ ਮੇਂ। ਸਪੈਸ਼ਲੀ ਕਲਾਈਮੈਕਸ ਸੀਨ ਬਹੁਤ ਹੀ ਅੱਛਾ ਥਾ ਐਂਡ ਬੇਸਿਕਲੀ ਹਮਾਰਾ ਰਿਲੀਜਨ ਪ੍ਰਮੋਟ ਹੋ ਰਿਹਾ ਹੈ ਐਂਡ ਆਈ ਥਿੰਕ ਇਟਸ ਅ ਕਨਸੈਪਟ ਐਵਰੀ ਵਨ ਕੈਨ ਵਾਚ ਫਰੋਮ ਐਵਰੀ ਰਿਲੀਜਨ। ਤੋ ਬਹੁਤ ਹੀ ਅੱਛਾ ਐਕਸਪੀਰੀਅੰਸ ਥਾ। ਸੇਤੂ ਕੋ ਦੇਖਣੇ ਕੇ ਲੀਏ ਆਡੀਅੰਸ ਕੋ ਕਿਆ ਕਹਿਣਾ? ਉਨਕੋ ਜ਼ਰੂਰ ਆਉਣਾ ਚਾਹੀਏ ਔਰ ਉਨਕੋ ਦੇ ਬਿਲਕੁਲ ਪੈਸਾ ਵਸੂਲ ਹੈ ਐਂਡ ਆਪਕੋ ਆਉਣਾ ਹੀ ਚਾਹੀਏ। ਵਨ ਵਰਡ ਫੋਰ ਅਕਸ਼ੇ ਕੁਮਾਰ, ਖਿਲਾੜੀ ਅਕਸ਼ੇ ਕੁਮਾਰ ਕੇ ਲਈ। ਅਕਸ਼ੇ ਕੁਮਾਰ ਕੇ ਲਈ ਤੋ ਬਹੁਤ ਹੀ ਇੱਕ ਹੀ ਵਰਡ ਹੈ, ਦੈਟ ਇਜ਼ ਬੈਸਟ। ਹੀ ਇਜ਼ ਬੈਸਟ, ਜੋ ਵੀ ਉਹ ਕਰਦੇ ਹੈ ਉਹ ਬਹੁਤ ਹੀ ਅੱਛਾ ਕਰਦੇ ਹੈ। ਐਕਸ਼ਨ ਕੀ ਬਾਤ ਹੋ ਐਂਡ ਜੋ ਉਹਨੇ ਕਨਸੈਪਟ ਪ੍ਰੈਜੈਂਟ ਕੀਆ ਹੈ ਦੈਟ ਵਾਜ਼ ਵੈਰੀ ਨਾਈਸ। ਸੋ ਇਟਸ ਅ 5 on 5 ਗਾਈਸ। ਪ੍ਰਾਊਡ ਵੀ ਫੀਲ ਹੋਤਾ ਹੈ ਐਸੇ ਕੰਸੈਪਟ। ਸੋ ਬਹੁਤ ਅੱਛਾ, ਲਾਈਕ ਆਈ ਫੀਲ ਗੂਸ ਬੰਪਸ ਵੈਨ ਇਨ ਸਮ ਪਰਟੀਕੁਲਰ ਸੀਨਸ, ਬਟ ਇਟ ਵਾਜ਼ ਵੈਰੀ ਗੁੱਡ। ਮੈਮ ਰਾਮ ਸੇਤੂ ਦੇਖ ਕਰ ਆਈ ਹੈ, ਕੈਸਾ ਰਹਾ? ਰਾਮ ਸੇਤੂ ਮੂਵੀ ਵੈਸੇ ਅੱਛੀ ਹੈ ਔਰ ਇਹ ਹਮਾਰੇ ਹਿੰਦੂ ਕੀ ਹਿਸਟਰੀ ਕੋ ਮਤਲਬ ਦਰਸਾ ਰਹੀ ਹੈ, ਤੋ ਮਤਲਬ ਮੋਟੀਵੇਸ਼ਨਲ ਹੈ ਇਹ ਮੂਵੀ। ਔਰ ਜੈਸੇ ਅਕਸ਼ੇ ਕੁਮਾਰ ਤੋ ਵੈਸੇ ਮੂਵੀਜ਼ ਮੇਂ ਜ਼ਿਆਦਾਤਰ ਐਕਸ਼ਨ ਮੂਵੀਜ਼ ਹੋਤੀ ਹੈ ਇਨਕੀ, ਤੋ ਯੇ ਮੂਵੀ ਵੀ ਕਾਫੀ ਅੱਛੀ ਥੀ। ਕਿਆ ਕਹੇਂਗੇ, ਹਿੰਦੂ ਹਿਸਟਰੀ ਕੋ ਦਿਖਾ ਰਹੀ ਹੈ, ਹਿੰਦੂ ਮਤਲਬ ਜੋ ਹਮਾਰਾ ਹਮਾਰੀ ਸਭਿਅਤਾ ਹੈ ਉਸਕੋ ਦਿਖਾ ਰਹੀ ਹੈ। ਕਿਆ ਕਹੇਂਗੇ ਆਡੀਅੰਸ ਇਸ ਮੂਵੀ ਕੋ ਦੇਖਣੇ ਕੇ ਲੀਏ? ਔਰ ਜੈਸੇ ਅੱਜ ਕੱਲ੍ਹ ਕੇ ਬੱਚੋਂ ਕੋ ਮਤਲਬ ਇਹ ਚੀਜ਼ ਕੀ ਨਹੀਂ ਨੌਲੇਜ ਹੈ, ਤੋ ਜੈਸੇ ਪੇਰੈਂਟਸ ਕੋ ਆਪਣੇ ਬੱਚੋਂ ਕੋ ਲਾਣਾ ਚਾਹੀਏ ਔਰ ਦਿਖਾਣੀ ਚਾਹੀਏ ਇਹ ਮੂਵੀ। ਇਸਮੇ ਇਹਨੋਨੇ ਮਤਲਬ ਐਕਸ਼ਨਸ ਵੀ ਅੱਛੇ ਥੇ ਇਨਕੇ, ਪਰ ਜੋ ਇਹਨੋਨੇ ਜੈਸੇ ਰਾਮ ਸੇਤੂ ਕੇ ਉਨਕੋ ਬਚਾਇਆ ਨਾ, ਵੋ ਚੀਜ਼ ਮਤਲਬ ਉਹ ਕਲਾਈਮੈਕਸ ਬਹੁਤ ਅੱਛਾ ਥਾ ਇਨਕਾ। ਆਊਟ ਆਫ 5 ਕਰਨਾ ਹੋ ਰਾਮ ਸੇਤੂ? ਆਊਟ ਆਫ 5 ਹੀ ਹੋਏਗੇ ਮੈਮ, ਬਹੁਤ ਕੋਸ਼ਿਸ਼ ਕੀ। ਹਾਂ ਮਜ਼ਾ ਆਇਆ ਮੂਵੀ ਦੇ। ਥੈਂਕ ਯੂ ਸੋ ਮਚ। ਸਰ ਕੀ ਕਹੇਂਗੇ ਰਾਮ ਸੇਤੂ ਕੇ ਲਈ ਕੈਸੀ ਰਹੀ? ये बहुत अच्छी मूवी है, हमें लग रहा है कि ये बहुत टाइम बाद एक अच्छी मूवी आई है ये बॉलीवुड में। और अक्षय कुमार की तो पता ही है सबको, वर्सेटाइल एक्टर है, उनकी तो मूवी अच्छी होती है, देखना बनता है। देखना बनता है। आउट ऑफ 5 कितना रहेगा? आउट ऑफ 5 एक्सपेक्टेड 4 to 5। ऑडियंस को क्या कहेंगे देखने के? जरूर देखिए। थैंक यू सो मच। राम से तो देख कर आ रहे हो मैम, कैसे रही मूवी है, कैसा रहा? काफी अच्छी थी। आउट ऑफ 5 इट्स वेरी नाइस, काफी इमोशनल थी, अच्छा लगा। आउट ऑफ 5 करना हो?